ਖਬਰ ਆ ਰਹੀ ਹੈ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਮਾਨਸਾ ਅਦਾਲਤ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਹੈ ਮਾਨਸਾ ਪੁਲਿਸ ਹੈ ਉਸ ਦੇ ਵੱਲੋਂ ਚਾਰ ਸ਼ੀਟ ਦਾਇਰ ਕਰ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ 36 ਜਿਹੜੇ ਮੁਲਜ਼ਮ ਨੇ ਉਹ ਨਾਮਜ਼ਦ ਨੇ ਇਸ ਚਾਰ ਸ਼ੀਟ ਦੇ ਵਿੱਚ ਜਿਨ੍ਹਾਂ ਦੇ ਵਿੱਚ ਚਾਰ ਗੈਂਗਸਟਰ ਵਿਦੇਸ਼ ਦੇ ਵਿੱਚ ਨੇ ਉਹਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਲੋਰੈਂਸ ਬਿਸ਼ਨੋਈ ਸਮੇਤ ਜਿਹੜੇ ਸ਼ਾਰਪ ਸ਼ੂਟਰ ਸੀਗੇ ਜਿਨ੍ਹਾਂ ਨੇ ਰੇਕੀ ਕੀਤੀ ਤਾਂ ਇਸ ਤੋਂ ਬਿਨਾ 뮤직 ਇੰਡਸਟਰੀ ਦੇ ਲੋਕ ਵੀ ਇਸ ਦੇ ਵਿੱਚ ਸ਼ਾਮਲ ਨੇ 36 ਲੋਕਾਂ ਦੇ ਨਾਮ ਇਸ ਚਾਰ ਸ਼ੀਟ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਨਾਮਜ਼ਦ ਕੀਤੇ ਗਏ ਨੇ ਇਹੀ ਨਹੀਂ ਕਿਹੜੇ ਕਿਹੜੇ ਹਥਿਆਰ ਵਰਤੇ ਗਏ ਕਿਹੜੀ ਕਿਹੜੀ ਗੱਡੀ ਵਰਤੀ ਗਈ ਕਿਹੜੇ ਕਿਹੜੇ ਪਬਲਿਕ ਟਰਾਂਸਪੋਰਟ ਦੇ ਸਾਧਨ ਵਰਤੇ ਗਏ ਕਿਵੇਂ ਕਿਵੇਂ ਇਸ ਜਿਹੜੀ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ ਉਹ ਸਾਰੀਆਂ ਚੀਜ਼ਾਂ ਚਾਰ ਸ਼ੀਟ ਦੇ ਵਿੱਚ ਸ਼ਾਮਲ ਨੇ ਤੇ ਮਾਨਸਾ ਪੁਲਿਸ ਦੇ ਵੱਲੋਂ ਅਦਾਲਤ ਦੇ ਵਿੱਚ ਚਾਰ ਸ਼ੀਟ ਦਾਇਰ ਕਰ ਦਿੱਤੀ ਗਈ ਹੈ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿਸ ਤੰਗ ਦੇ ਨਾਲ ਸਿੱਧੂ ਮੂਸੇਵਾਲੇ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਲਗਾਤਾਰ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਅਦਾਲਤ ਦੇ ਵਿੱਚ ਚਾਰ ਸ਼ੀਟ ਦਾਇਰ ਕਰ ਦਿੱਤੀ ਹੈ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਚਾਰ ਸ਼ੀਟ ਧਾਰ ਕੀਤੀ ਗਈ ਹੈ ਮਾਨਸਾ ਅਦਾਲਤ ਦੇ ਵਿੱਚ ਚਾਰ ਸ਼ੀਟ ਧਾਰ ਕੀਤੀ ਗਈ ਹੈ ਜਿਸ ਦੇ ਵਿੱਚ ਜਿਹੜੇ આરોપી ਨੇ ਖੁਸ਼ਲਵੀਰ ਦੱਸ ਦਈਏ ਕਿ ਮਾਨਸਾ ਅਦਾਲਤ ਦੇ ਵਿੱਚ ਜਿਹੜੀ ਚਾਰ ਸ਼ੀਟ ਧਾਰ ਕੀਤੀ ਗਈ ਹੈ ਉਸ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਪਹਿਲ ਦੇ ਆਧਾਰ ਤੇ ਸ਼ਾਮਲ ਕੀਤਾ ਗਿਆ ਹੈ ਇਸ ਤੋਂ ਬਿਨਾ 100 ਤੋਂ ਵੱਧ ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ ਜੱਗੂ ਭਗਵਾਨਪੁਰੀਆ ਦਾ ਨਾਮ ਸ਼ਾਮਲ ਹੈ ਮਨਪ੍ਰੀਤ ਭਾਉ ਦਾ ਨਾਮ ਸ਼ਾਮਲ ਹੈ ਇਸ ਤੋਂ ਬਿਨਾ ਸੰਦੀਪ ਉਰਫ ਕੇਕੜਾ, ਦੀਪਕ ਮੁੰਡੀ, ਪ੍ਰਿਆਵਰਤ ਫੌਜੀ, ਕੇਸ਼ਵ, ਕਸ਼ਿਸ਼, ਦੀਪਕ ਮੁੰਡੀ, ਮਨਪ੍ਰੀਤ ਸਿੰਘ, ਜਗਰੂਪ ਰੂਪਾ ਤੇ 뮤직 ਇੰਡਸਟਰੀ ਦੇ ਨਾਲ ਸੰਬੰਧਿਤ ਲੋਕ ਵੀ ਸ਼ਾਮਲ ਨੇ। ਪੰਜਾਬ ਪੁਲਿਸ ਦੀਆਂ ਵਰਦੀਆਂ ਵਰਤੀਆਂ ਗਈਆਂ ਸੀਗੀਆਂ, ਕਿਹੜੀ ਗੱਡੀ ਵਰਤੀ ਗਈ, ਕਿਹੜੇ ਹਥਿਆਰ ਵਰਤੇ ਗਏ। ਜੋਤੀ ਪੰਦੇਰ, ਕंवरਪਾਲ ਗਰੇਵਾਲ, ਅਵਤਾਰ ਸਿੰਘ, ਜਗਤਾਰ ਸਿੰਘ, ਜੀਵਨ ਜੋਤ ਵੀ ਨਾਮਜ਼ਦ ਨੇ ਤਾਂ ਦੱਸ ਤੀਏ ਕਿ ਪੁਰਾਣੇ ਸਾਥੀ ਨੇ ਸਿੱਧੂ ਮੂਸੇਵਾਲਾ ਦੇ 뮤직 ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਨੇ ਤੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ 36 ਲੋਕਾਂ ਦੇ ਨਾਂ ਚਾਰ ਸ਼ੀਟ ਦੇ ਵਿੱਚ ਨਾਮਜ਼ਦ ਕੀਤੇ ਗਏ ਨੇ ਸ਼ਾਮਲ ਕੀਤੇ ਗਏ ਨੇ ਹਾਲਾਂਕਿ ਐਸਐਸਪੀ ਦੇ ਵੱਲੋਂ ਥੋੜੀ ਦੇਰ ਤੱਕ ਪ੍ਰੈਸ ਕਾਨਫਰੰਸ ਕਰਕੇ ਇਸ ਸੰਬੰਧੀ ਹੋਰ ਖੁਲਾਸਾ ਕੀਤਾ ਜਾਣਾ ਹੈ ਪਰ ਵੱਡੀ ਗੱਲ ਹੈ ਜਿਸ ਟੰਗ ਦੇ ਨਾਲ ਇਨਸਾਫ ਮਾਰਚ ਕੱਢਿਆ ਗਿਆ ਕੈਂਡਲ ਮਾਰਚ ਕੱਢਿਆ ਗਿਆ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਇਹ ਵੀ ਸਵਾਲ ਚੁਕੇ ਗਏ ਕਿ ਆਖਿਰ ਗੈਂਗਸਟਰਾਂ ਦੀ ਇੰਨੀ ਪੁਸ਼ਤ ਪਨਾਹੀ ਕਿਉਂ ਗੈਂਗਸਟਰਾਂ ਨੂੰ ਇੰਨੀ ਸੁਰੱਖਿਆ ਕਿਉਂ ਇਹ ਸਵਾਲ ਜਿਹੜੇ ਨੇ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਪੁੱਛੇ ਗਏ ਤੇ ਹੁਣ ਚਾਰ ਸ਼ੀਟ ਜਿਹੜੀ ਆ ਉਹ ਧਾਇਰ ਕਰ ਦਿੱਤੀ ਗਈ ਆ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਮਾਨਸਾ ਕੋਰਟ ਦੇ ਵਿੱਚ ਚਾਰ ਸ਼ੀਟ ਧਾਇਰ ਕੀਤੀ ਗਈ ਹੈ ਜਿਸ ਦੇ ਵਿੱਚ ਜਿਹੜੇ ਨਾਮ ਨੇ ਕਿਵੇਂ 29 ਮਈ ਵਾਲੇ ਦਿਨ ਕਿਵੇਂ ਇਹ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਸੀ ਕੀ ਕੁਝ ਵਾਪਰਿਆ ਕੌਣ-ਕੌਣ ਇਸ ਦੇ ਵਿੱਚ ਸ਼ਾਮਲ ਸੀ ਕਿਸ-ਕਿਸ ਨੇ ਸਾਥ ਦਿੱਤਾ ਕਿੱਥੇ-ਕਿੱਥੇ ਪਨਾਹ ਲਈ ਕਿਹੜੇ-ਕਿਹੜੇ ਹਥਿਆਰ ਵਰਤੇ ਕਿਹੜੀ-ਕਿਹੜੀਆਂ ਗੱਡੀਆਂ ਵਰਤੀਆਂ ਕਿਹੜੇ-ਕਿਹੜੇ ਪੁਲਿਸ ਦੀਆਂ ਵਰਦੀਆਂ ਵਰਤੀਆਂ ਇਹ ਸਾਰਾ ਕੁਝ ਇਸ ਚਾਰ ਸ਼ੀਟ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਤ 36 ਲੋਕ ਜਿਹੜੇ ਨੇ ਇਸ ਚਾਰ ਸ਼ੀਟ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਮਾਨਸਾ ਅਦਾਲਤ ਵਿੱਚ ਚਾਰ ਸ਼ੀਟ ਦਾਖਲ ਕਰਤੀ ਗਈ ਹੈ ਤੇ ਸੌ ਤੋਂ ਵੱਧ ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ ਦੱਸਦੀ ਹੈ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਨਾਲ 골ਡੀ ਬਰਾੜ ਦੇ ਵੱਲੋਂ ਸਾਜ਼ਿਸ਼ ਰਚੀ ਗਈ ਸੀ ਤੇ ਹਾਲਾਂਕਿ ਕਿਹਾ ਜਾ ਰਿਹਾ ਸੀਗਾ ਕਿ ਵਿੱਕੀ ਮਿੱਡੂ ਖੇੜੇ ਦੇ ਕਤਲ ਦਾ ਬਦਲਾ ਲਿਆਏ ਪਰ ਜਿਸ ਢੰਗ ਦੇ ਨਾਲ ਇਸ ਦੇ ਵਿੱਚ ਜੱਗੂ ਭਗਵਾਨਪੁਰੀਆ ਦਾ ਨਾਮ ਲਾਰੈਂਸ ਬਿਸ਼ਨੋਈ ਦਾ ਮਨਪ੍ਰੀਤ ਪਾਉ ਦੀਪਕ ਮੁੰਡੀ ਸੰਦੀਪ ਉਰਫ ਕੇਕੜਾ ਪ੍ਰਿਆਵਰਤ ਫੌਜੀ ਕੇਸ਼ਵ ਕਸ਼ਿਸ਼ ਦੀਪਕ ਮੁੰਡੀ ਮਨਪ੍ਰੀਤ ਸਿੰਘ ਜਗਰੂਪ ਰੂਪਾ ਤੇ ਮਿਊਜ਼ਿਕ ਇੰਡਸਟਰੀ ਨਾਲ ਸੰਬੰਧਿਤ ਜੋਤੀ ਪੰਦੇਹਰ ਕੰਵਰਪਾਲ ਗਰੇਵਾਲ ਤੇ ਮੂਸਾ ਪਿੰਡ ਦੇ ਜਿਹੜੇ ਦੋ ਭਰਾ ਅਵਤਾਰ ਸਿੰਘ ਜਗਤਾਰ ਸਿੰਘ ਤੇ ਜੀਵਨਜੋਤ ਵੀ ਜਿਹੜੇ ਸ਼ਾਮਲ ਨੇ ਤੇ ਹੁਣ ਜਿਹੜੀ ਆ ਤਫਤੀਸ਼ ਅੱਗੇ ਵਧੇਗੀ ਕਿਉਂਕਿ ਚਾਰ ਸ਼ੀਟ ਜਿਹੜੀ ਆ ਹੁਣ ਅਦਾਲਤ ਦੇ ਵਿੱਚ ਦਾਖਲ ਕਰ ਦਿੱਤੀ ਗਈ ਹੈ ਟਰਾਇਲ ਚੱਲੇਗਾ ਕਿਹੜੇ ਕਿਹੜੇ ਲੋਕ ਸੀਗੇ ਜਿਹੜੇ ਮੂਸੇਵਾਲਾ ਦੇ ਗੁਨਾਹਗਾਰ ਨੇ